ਇਹ ਧਰਤੀ ਤੇ ਇਕਲੌਤਾ ਇੱਕ ਐਸਾ ਬਾਗ ਬਣਨ ਜਾ ਰਿਹਾ ਹੈ ਜਿਹਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਦਰਖਤਾਂ ਦਾ ਜਿਨ੍ਹਾਂ ਦਾ ਵਰਣਨ ਹੈਗਾ, ਜਿਨ੍ਹਾਂ ਦਾ ਜ਼ਿਕਰ ਹੈ, ਉਹ ਇੱਥੇ ਲਗਾਏ ਜਾ ਰਹੇ ਨੇ। ਆਪਣੇ ਆਪ 'ਚ ਇੱਕ ਨਵੇਕਲੀ ਪਹਿਲ ਹੈ। 5 ਏਕੜ ਜ਼ਮੀਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਿਜ਼ਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਤੇ ਸਾਧ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਉਸ ਦੁੱਖ ਨੂੰ ਸਾਰਥਕ ਬਣਾਉਣ ਵਾਸਤੇ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹਾਂ। ਜਦੋਂ ਆਉਣ ਵਾਲੇ ਸਮੇਂ 'ਚ ਜਦੋਂ ਵਧੀਆ ਬਾਗ ਬਣ ਜਾਣਾ, ਇੱਥੇ ਖਿੱਚ ਦਾ ਕੇਂਦਰ ਬਣ ਜਾਣਾ, ਆਪਾਂ ਬੱਚਿਆਂ ਨੂੰ ਲਿਆ ਕੇ ਵੀ ਦਿਖਾ ਸਕਦੇ ਹਾਂ ਵੀ ਕਿਹੜਾ ਦਰੱਖਤ ਕਿਵੇਂ ਹੈਗਾ, ਕੀ ਫਾਇਦੇ ਹੈਗੇ ਆ। ਸੋ ਚੰਦਨ ਦੇ ਨਾਲ ਜਿਹੜੀ ਗੁਰਬਾਣੀ ਦੀ ਤੁੱਕ ਹੈ ਉਹ ਦਿੱਤੀ ਗਈ ਹੈ, ਨਿੰਮ ਦੇ ਨਾਲ ਢੁੱਕਦੀ ਤੁੱਕ ਉਹ ਵੀ ਲਿਖੀ ਗਈ ਹੈ, ਨਾਲ ਉਹਦੇ ਬੋਟੈਨੀਕਲ ਨੇਮ, ਅੰਗਰੇਜ਼ੀ ਨੇਮ, ਪੰਜਾਬੀ ਨੇਮ, ਇਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ। ਸੋ ਨਾ ਕੇਵਲ ਇਹ ਸਿੱਖ ਕਮਿਊਨਿਟੀ ਨੂੰ ਬਲਕਿ ਇਹਦੇ ਨਾਲ ਨਾਲ ਜਿਹੜੀ ਭਾਰਤ ਦੀਆਂ ਹੋਰ ਕਮਿਊਨਿਟੀਜ਼ ਨੇ ਉਹਨਾਂ ਨੂੰ ਵੀ ਇਹ ਸੁਨੇਹਾ ਦਊਗੀ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਗੁਰਬਾਣੀ ਵਿੱਚ ਰੁੱਖਾਂ ਦਾ, ਕੁਦਰਤ ਦਾ ਪਿਆਰ ਭਰਿਆ, ਉਹ ਕਿਸ ਸੰਦਰਭ ਨਾਲ, ਕਿਸ ਪਰਸਪੈਕਟਿਵ ਤੋਂ ਲਿਖਿਆ। ਇਹ ਇੱਕ ਇਹੋ ਜਿਹਾ ਇਤਿਹਾਸਿਕ ਪਿੰਡ ਹੋ ਜਾਣਾ ਕਿ ਉਹ ਕਿਹਾ ਕਰਨਗੇ ਗੁਰੂ ਕਾ ਬਾਗ ਉੱਥੇ ਦੇਖਣ ਚੱਲਦੇ। ਮੁੱਖ ਰੂਪ 'ਚ ਜਿਹੜੀ ਗੱਲ ਕਰਨ ਵਾਲੀ ਇਹ ਹੈ ਕਿ ਵੀ ਜਿੰਨੇ ਰਸਤੇ ਆ ਜਾਂ ਜਿੰਨੀਆਂ ਓਪਨ ਸਿਟਿੰਗ ਹੈ ਜਾਂ ਜਿੰਨੀਆਂ ਛੱਪੜੀਆਂ ਬਣਾਉਣੀਆਂ ਨੇ ਜਾਂ ਲੇਕ ਜਿਹੜਾ ਵਾਟਰ ਬੋਡੀ ਆ ਉਹਦੇ ਵੱਲ ਵਿਊ ਬਣਾਉਣੇ ਆ, ਕੋਈ ਗਜ਼ੀਬੋ ਬਣਨੇ ਆ, ਆਪਣਾ ਡੈੱਕ ਬਣਨਾ ਜਿੱਥੋਂ ਤੁਸੀਂ ਵਾਟਰ ਬੋਡੀ ਦਾ ਜਿਹੜਾ ਹੈਗਾ ਵਿਊ ਲੈ ਸਕੀਏ, ਉਹ ਸਾਰੇ ਜਿਹੜੇ ਸਾਰੇ ਦੇ ਸਾਰੇ ਜੀ ਨਾਲ ਡਿਸਕਸ ਵੀ ਹੋ ਗਏ ਆ, ਉਹਦੇ ਜਿਹੜਾ ਡਿਜ਼ਾਈਨ ਸਾਰਾ ਫਾਈਨਲ ਹੋ ਗਿਆ। ਅਤੇ ਉਮੀਦ ਕਰਦਾ ਕਿ ਹੁਣ ਅਸੀਂ ਜਿਹੜੀ ਇਹ ਆ ਕਿ ਅਸੀਂ 9 ਸਾਲ ਜਨਵਰੀ ਤੋਂ ਪਹਿਲਾਂ ਖਾਸ ਕਰਕੇ ਜਿਹੜਾ ਰਸਤਿਆਂ ਦਾ ਕੰਮ ਆ, ਸਿਵਲ ਵਰਕ ਹੈ ਜਾਂ ਜਿਹੜੇ ਪਰਗੂਲਾ ਨੇ ਜਾਂ ਗਜ਼ੀਬੋ ਹੈ, ਇਹ ਸਾਰਾ ਕੰਮ ਮੁਕਾ ਲਈਏ। ਜਿਹੜੀ ਮੇਨ ਪੈਸੇਜ ਬਣਿਆ ਗੁਰੂ ਨਾਨਕ ਬਾਗ ਦੀ ਐਂਟਰੀ ਆ, ਇਹ ਐਗਜ਼ਿਸਟਿੰਗ ਟ੍ਰੀਜ਼ ਨੇ, ਇਹਦੇ ਵਿੱਚ ਅਸੀਂ ਵਾਕਵੇਜ਼ ਦੀ ਜਿਵੇਂ ਡਾਕਟਰ ਬਲਵਿੰਦਰ ਸਿੰਘ ਜੀ ਦੱਸਦੇ ਸੀ ਸਾਰੀ ਰਾਊਟਿੰਗ ਕੀਤੀ ਆ, ਤਾਂ ਡਾਕਟਰ ਸਾਹਿਬ ਨੇ ਜਿਹੜੇ ਦੱਸੇ ਇੱਥੇ ਛਾਪਰੀਆਂ ਬਣਨੀਆਂ, ਬੈਠਕਾਂ ਬਣਨੀਆਂ ਸੰਗਤ ਦੇ ਬੈਠਣ ਵਾਸਤੇ, ਅਤੇ ਹੋਰ ਆਪਣੇ ਬੱਚਿਆਂ ਦੇ ਆਕਰਸ਼ਣ ਵਾਸਤੇ ਵੀ ਦੇਖ ਕੇ ਇੱਦਾਂ ਦੀਆਂ ਬਟਰਫਲਾਈਜ਼ ਅਟਰੈਕਟ ਕਰਨ ਵਾਸਤੇ ਜੋ ਵੀ ਇੱਥੇ ਸਾਰੇ ਫੀਚਰਸ ਨੇ ਉਹਨਾਂ ਦੀ ਪਲੈਨਿੰਗ ਅੱਜ ਕੀਤੀ ਗਈ ਆ। ਐਂਡ ਦ ਬੈਸਟ ਥਿੰਗ ਕਿ ਇਨਫੋ ਸੈਂਟਰ ਦੀ ਪੋਜੀਸ਼ਨ ਜਿਹੜੀ ਉਹ ਫਾਈਨਲ ਹੋਈ ਆ, ਕਿੱਥੇ ਕਿਸ ਤਰ੍ਹਾਂ ਦੀ ਜੇ ਟਾਇਲ ਵਰਕ ਹੋਣੀ ਆ, ਨੈਚੁਰਲ ਜਿਹੜੇ ਪਾਥਵੇਜ਼ ਬਣਨੇ ਆ, ਦੈਟ ਹੈਜ਼ ਬਿਨ ਡਿਸਾਈਡਿਡ। ਡਾਇਮੈਂਸ਼ਨਸ ਬਹੁਤ ਅੱਛੀ ਤਰ੍ਹਾਂ ਡਾਕਟਰ ਸਾਹਿਬ ਨੇ ਡਿਸਾਈਡ ਕਰਕੇ ਦੱਸੀਆਂ, ਐਂਡ ਸਪੈਸ਼ਲੀ ਜਿੰਨਾ ਰਿਪੇਅਰ ਦਾ ਕੰਮ ਹੈ ਸਾਰਾ ਹੋਣਾ। ਅਤੇ The cost of the next 12 months of development is only $37,000. Yes, $37,000. Guru Nanak Bagh is relying on your cooperation, on your kind donations. Let's do it. Guru Nanak Bagh, in the name of Guru Nanak, on his 550th Gurpurab. Vaheguru Ji Ka Khalsa, Vaheguru Ji Ki Fateh.